ਅੱਜ ਜਿਹੜੇ ਕੈਨੇਡਾ ਦੇ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ, ਮੇਰੇ ਨਾਲ ਵਿਕਰਮਵੀਰ ਹੋਊਗਾ। ਸਾਡੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਸਟੂਡੈਂਟਾਂ ਵੱਲੋਂ, ਇੱਥੇ ਵਰਕਰਾਂ ਵੱਲੋਂ ਬ੍ਰੈਂਪਟਨ ਦੇ ਵਿੱਚ ਧਰਨਾ ਲੱਗਿਆ ਹੋਇਆ, ਜੋ ਮੌਜੂਦਾ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਹੁਣ ਜਿਹੜਾ ਇਹ ਧਰਨਾ ਚੱਲ ਰਿਹਾ, ਕਿੰਨੇ ਦਿਨ ਹੋ ਗਏ ਅਤੇ ਮੁੱਖ ਮੰਗਾਂ ਕੀ ਨੇ ਇਹਦੇ ਤੁਹਾਡੇ ਧਰਨੇ ਦੀਆਂ? ਇਹਦੀਆਂ ਚਾਰ ਮੁੱਖ ਮੰਗਾਂ ਨੇ। ਅੱਜ ਤੀਜੀ ਰਾਤ ਆਪਾਂ ਨੂੰ ਇੱਥੇ ਹੋ ਗਈ ਹੈ ਬੈਠਿਆਂ ਨੂੰ, ਬ੍ਰੈਂਪਟਨ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਬੈਠੇ ਹਾਂ। ਪਹਿਲੀ ਮੰਗ ਤਾਂ ਇਹ ਹੈਗੀ ਹੈ ਕਿ ਜਿਹੜਾ ਇਹਦਾ ਵੀਜ਼ੇ 2024-25 ਮੁੱਕ ਰਹੇ ਆ, ਉਹਨਾਂ ਸਾਰਿਆਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ। ਦੂਜੀ ਹੈਗੀ ਹੈ ਕਿ LMIA ਦੇ ਨਾਂ ਦੇ ਉੱਤੇ ਉਹਦੀ ਲੁੱਟ ਬੰਦ ਕੀਤੀ ਜਾਵੇ। LMIA 30-40 ਹਜ਼ਾਰ ਦੀ ਵਿਕ ਰਹੀ ਹੈ, ਲੋਕਾਂ ਦੀਆਂ LMI ਲੈਣ ਦੇ ਲਈ ਪਿੱਛੇ ਜ਼ਮੀਨਾਂ ਵਿਕ ਰਹੀਆਂ ਆ, ਉਹਦੀ ਲੁੱਟ ਬੰਦ ਹੋਵੇ। ਸਿੱਧਾ 2 ਸਾਲ ਜੇ ਕਿਸੇ ਕੋਲ ਜੋਬ ਹੈਗੀ ਤਾਂ ਉਹਨੂੰ ਜੋਬ ਲੈਟਰ ਦੇ ਉੱਤੇ ਐਕਸਟੈਂਸ਼ਨ ਦਿੱਤੀ ਜਾਵੇ। ਤੀਜਾ ਹੈਗਾ ਕਿ ਫਿਰ PR ਪਾਥਵੇ, PR ਦਾ ਜੇ ਸੁਪਨਾ ਵੇਚ ਕੇ ਸਾਨੂੰ ਸਟੂਡੈਂਟਾਂ ਨੂੰ ਸੱਦਿਆ ਗਿਆ ਤਾਂ PR ਦੇ ਪ੍ਰੋਗਰਾਮ ਵੀ ਜਿਹੜੇ ਨਵੇਂ ਲਾਂਚ ਕੀਤੇ ਜਾਣ, ਤਾਂ ਕਿ ਕੈਪ ਲਾ ਲਿਆ ਠੀਕ ਹੈ, ਜਿਹੜੇ ਜਿਹਨਾਂ ਨੂੰ ਨਹੀਂ ਬੁਲਾਉਣਾ ਪਰ ਜਿਹੜੇ ਆ ਗਏ ਆ ਉਹਨਾਂ ਨੂੰ ਤੁਸੀਂ ਅਕੋਮੋਡੇਟ ਕਰੋ, ਉਹਨਾਂ ਦਾ ਕੋਈ ਹੱਲ ਕਰੋ। ਚੌਥਾ ਹੈਗਾ ਕਿ ਜਿਹੜੇ ਸਟੂਡੈਂਟ ਪੜ੍ਹ ਰਹੇ ਆ, ਅਸੀਂ ਤਾਂ 2019 ਦੇ ਆਏ ਹੋਏ ਹਾਂ, ਹਜੇ 19 ਵਾਲੇ ਪਏ ਆ, 20 ਵਾਲੇ, 21 ਵਾਲੇ, 22 ਵਾਲੇ ਪਏ ਆ, ਅਤੇ ਜਿਹੜੇ SL ਆ ਗਏ ਇਹਨਾਂ ਦਾ ਕੀ ਬਣਨਾ ਅਗਲੇ ਸਾਲਾਂ 'ਚ? ਇਹਨਾਂ ਦੀ ਤਾਂ ਗਿਣਤੀ ਤਾਂ 15-20 ਲੱਖ ਨੂੰ ਟੱਪ ਜਾਣੀ ਹੈ। ਸਟੂਡੈਂਟਾਂ ਲਈ ਸਾਡੀ ਚੌਥੀ ਡਿਮਾਂਡ ਹੈਗੀ ਕਿ ਇਹਨਾਂ ਸਟੂਡੈਂਟਾਂ ਨੂੰ 3 ਸਾਲ ਦੀ ਬਜਾਏ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ। ਘੱਟੋ ਘੱਟ ਉਹਨਾਂ ਦੇ ਪੁਆਇੰਟ ਪੂਰੇ ਹੋ ਜਾਣ, 4 ਪੈਸੇ ਜੁੜ ਲੈਣ, ਜੇ PR ਲਈ ਉਹਨਾਂ ਨੂੰ ਮਤਲਬ ਐਕਸਟੈਂਸ਼ਨ ਲਈ ਨਾ ਲੜਨਾ ਪਵੇ। ਇਸ ਕਰਕੇ 4 ਡਿਮਾਂਡਾਂ ਨੇ ਆਪਣੀਆਂ। ਇੱਕ ਗੱਲ ਮੈਨੂੰ ਦੱਸਿਓ ਵੀ ਮੋਸਟਲੀ ਜਿਹੜਾ ਧਰਨਾ ਲਾਉਂਦੇ ਪੰਜਾਬੀ ਸਟੂਡੈਂਟ ਨੇ, ਚਲੋ ਗਿਣਤੀ ਵੱਧ ਆਪਣੀ ਠੀਕ ਹੈ, ਪਰ ਸਾਡੇ ਪੁਰਾਣੇ ਪੰਜਾਬੀ ਆਏ ਮੈਨੂੰ ਲੱਗਦਾ ਵੀ ਸਾਥ ਨਹੀਂ ਦੇ ਰਹੇ, ਸੋਸ਼ਲ ਮੀਡੀਆ 'ਤੇ ਹੇਟ ਹੋ ਰਹੀ ਆ, ਇੱਥੇ ਵੀ ਪੁਰਾਣਿਆਂ ਦਾ ਘੱਟ ਘੱਟ ਦੇਖਣ ਨੂੰ ਮਿਲਦਾ, ਕਾਰਨ ਕੀ ਮੰਨਦੇ ਹੋ? ਘੱਟ ਘੱਟ ਵਾ, ਪਰ ਹੌਲੀ ਹੌਲੀ ਆਉਣ ਵਾਲੇ ਦਿਨਾਂ 'ਚ ਬਣ ਜੂਗਾ। ਉਹੀ ਕਿ ਜਿਵੇਂ ਬਾਕੀ ਕੈਨੇਡੀਅਨ ਜਿਹੜੇ ਭਰਮ ਭੁਲੇਖਿਆਂ ਦੇ ਸ਼ਿਕਾਰ ਨੇ, ਉਵੇਂ ਉਹ ਵੀ ਭਰਮ ਭੁਲੇਖਿਆਂ ਦੇ ਸ਼ਿਕਾਰ ਹੈਗੇ ਆ। ਬਹੁਤ ਸਾਰੇ ਬੰਦੇ ਜਿਹੜੇ ਇੱਥੇ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੇ, ਸਟੂਡੈਂਟ iWatch ਲੈਣੀ ਹੈ, ਮੈਂ iPad ਲੈਣਾ, ਗੱਡੀ ਲੈਣੀ ਆ, ਉਹ ਹੁਣ ਆ ਕੇ ਉਹਨਾਂ ਨੂੰ ਫ੍ਰੀ ਗਰੋਸਰੀ ਦੀ ਲਾਈਨ 'ਚ ਲੱਗਣਾ ਪੈ ਰਿਹਾ। 2024 ਦੇ ਲਾਸਟ ਵਿੱਚ 70,000 ਸਟੂਡੈਂਟ ਡਿਪੋਰਟ ਹੋ ਸਕਦਾ, ਕੋਈ ਕਹਿੰਦਾ 1,30,000 ਡਿਪੋਰਟ ਹੋ ਸਕਦਾ, ਤੁਸੀਂ ਵੀ ਅੱਜ ਧਰਨਾ ਚੱਲ ਰਿਹਾ, ਉਹ ਗਿਣਤੀ ਕੁਛ ਕੀ ਚੱਕਰ ਹੈ? ਉਹ ਉਹਨੇ ਡਰਾ ਨਹੀਂ ਆਏ ਜਿੰਨੇ ਪਿਛਲੇ ਸਾਲਾਂ 'ਚ ਬੰਦੇ ਆ ਗਏ, ਸਟੂਡੈਂਟ ਆ ਗਏ, ਉਹ ਡਰਾ ਨਹੀਂ ਆ ਰਹੇ। ਇਸ ਕਰਕੇ ਉਹਦੇ ਵਿੱਚ ਬੰਦੇ ਹਰ 6 ਮਹੀਨੇ ਬਾਅਦ ਨਵੇਂ ਨਵੇਂ ਬੰਦੇ ਐਡ ਹੋਈ ਜਾਣੇ ਆ। ਜਿਹੜਾ 2019 'ਚ ਆਇਆ ਮੇਰੇ ਵਰਗਾ, 21 'ਚ ਪਰਮਿਟ ਮਿਲਿਆ ਤਾਂ ਮੇਰਾ 2024-25 ਐਕਸਪਾਇਰ ਵਾ, ਜਿਹੜੇ ਮੇਰੇ ਤੋਂ ਜਿਹਨੂੰ ਮੇਰੇ ਤੋਂ 6 ਮਹੀਨੇ ਬਾਅਦ ਪਰਮਿਟ ਮਿਲਿਆ ਉਹਦਾ 6 ਮਹੀਨੇ ਬਾਅਦ ਐਕਸਪਾਇਰ ਵਾ। ਹੁਣ ਆਹ ਅਗਸਤ ਵਿੱਚ ਇਹਦੇ ਵਿੱਚ ਹੋਰ ਪੂਰ ਐਡ ਹੋ ਗਿਆ, ਮੇ ਬੀ ਇਹ ਗਿਣਤੀ ਇਸ ਸਾਲ ਦੇ ਅੰਤ ਤੱਕ 1,00,000 ਤੋਂ ਟੱਪ ਜਾਵੇ ਵੀ ਜਿਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ। ਪੰਜਾਬ ਦੇ ਵਿੱਚ ਹਲੇ ਵੀ ਬਹੁਤ ਜ਼ਿਆਦਾ ਐਡਾਂ ਚੱਲ ਰਹੀਆਂ ਨੇ ਜੀ, ਕੈਨੇਡਾ ਜਾਓ, ਬਿਸਟਰ ਜਾਓ, ਜਾ ਕੇ ਤੁਸੀਂ ਵਰਕ ਪਰਮਿਟ ਲੈ ਲਿਓ, ਤੁਹਾਨੂੰ PR ਕਰਾ ਦਾਂਗੇ। ਤਾਂ ਅੱਜ ਜਿਹੜੇ ਕੈਨੇਡਾ ਦੇ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ, ਮੇਰੇ ਨਾਲ ਵਿਕਰਮਵੀਰ ਹੋਊਗਾ। ਸਾਡੇ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਸਟੂਡੈਂਟਾਂ ਵੱਲੋਂ, ਇੱਥੇ ਵਰਕਰਾਂ ਵੱਲੋਂ ਬ੍ਰੈਂਪਟਨ ਦੇ ਵਿੱਚ ਧਰਨਾ ਲੱਗਿਆ ਹੋਇਆ, ਜੋ ਮੌਜੂਦਾ ਹਾਲਾਤ ਨੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਲੁੱਟ ਖੋਹ ਤੋਂ ਬਚੋ, ਪੰਜਾਬ ਦੇ ਮਾਂ ਬਾਪ, ਪੰਜਾਬ ਦੇ ਬੱਚੇ ਵੀਡੀਓ ਜ਼ਰੂਰ ਦੇਖਣ, ਸ਼ੇਅਰ ਕਰਨ। ਵਿਕਰਮ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡਾ ਸਮਾਂ ਦੇਣ। ਜਿਹੜੇ ਆਪਾਂ ਗੱਲ ਕਰੀਏ ਨਵੇਂ ਰੂਲ ਆਏ ਨੇ ਕੈਨੇਡਾ ਦੇ ਵਿੱਚ, ਪੰਜਾਬ ਵਿੱਚ ਹਲੇ ਵੀ ਆਪਾਂ ਨੂੰ ਪਤਾ ਹੁਣ ਰਿਸ਼ਤੇਦਾਰ ਵੀ ਨੇ, ਸਾਡੇ ਦੋਸਤ ਮਿੱਤਰ ਵੀ ਨੇ, ਕਹਿੰਦੇ ਜੀ ਕੈਨੇਡਾ ਆਉਣਾ। ਹਾਂਜੀ, ਕੀ ਚੇਂਜਸ ਆਈ ਆ, ਕੀ ਹੋਣਾ ਚਾਹੀਦਾ ਹੁਣ? ਅਸੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਆਪਣੇ ਵੀਰਾਂ ਭੈਣਾਂ ਨੂੰ ਦੱਸਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਜੀ ਕਿ ਕੈਨੇਡਾ ਦੇ ਵਿੱਚ ਹਾਲਾਤ ਆ ਜਿਹੜੇ ਉਹ ਲਗਾਤਾਰ ਖਰਾਬ ਹੀ ਹੁੰਦੇ ਜਾ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਜੀ। ਜੇ ਮੈਂ ਗਲਤ ਨਾ ਹੋਵਾਂ ਤਾਂ ਕੋਵਿਡ ਤੋਂ ਬਾਅਦ ਲਗਾਤਾਰ ਹਾਲਾਤ ਥੱਲੇ ਨੂੰ ਹੀ ਗਏ ਆ, ਉੱਪਰ ਨੂੰ ਨਹੀਂ ਜੀ। ਇਕਾਨਮੀ ਵੀ ਬਿਲਕੁਲ ਗਿਰਾਵਟ ਵੱਲੋਂ ਗਈ ਆ, ਰਿਸੈਸ਼ਨ ਆ ਜਿਹੜਾ ਲਗਾਤਾਰ ਤਿੱਖਾ ਹੋ ਰਿਹਾ ਜੀ, ਅਤੇ ਉਹਦੇ ਵਿੱਚ ਲੋਕਾਂ ਦੀਆਂ ਜੋਬਾਂ ਜਾ ਰਹੀਆਂ ਜੀ, ਅਤੇ ਉਹਦੇ ਵਿੱਚੋਂ ਇੱਕ ਜਿਹੜਾ ਐਂਟੀ ਇਮੀਗ੍ਰੈਂਟ ਮਤਲਬ ਪ੍ਰਵਾਸੀਆਂ ਦੇ ਖਿਲਾਫ ਆ ਜਿਹੜਾ ਇੱਕ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਜੀ, ਵੱਖ ਵੱਖ ਚੈਨਲਾਂ ਦੁਆਰਾ,
ਰਾਈਟ ਵਿੰਗ ਪਾਰਟੀਆਂ ਦੁਆਰਾ, ਫਾਸਿਸਟ ਕਿਸਮ ਦੇ ਲੋਕਾਂ ਦੁਆਰਾ ਜੀ, ਤੇ ਇਹ ਕੁਛ ਹੋ ਰਿਹਾ ਤੇ ਉਹਨੂੰ ਮੱਦੇਨਜ਼ਰ, ਕਿਉਂਕਿ ਅਗਲੇ ਸਾਲ ਇਲੈਕਸ਼ਨ ਹੈ ਕੈਨੇਡਾ ਦੇ ਵਿੱਚ, ਠੀਕ ਹੈ ਜੀ, ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਜਿਵੇਂ ਸੱਤਾਧਾਰੀ ਪਾਰਟੀ ਦੇ ਖਿਲਾਫ਼ ਗੁੱਸਾ ਹੈ ਲੋਕਾਂ ਦੇ ਵਿੱਚ, ਤੇ ਉਹਨਾਂ ਨੂੰ ਲੱਗਦਾ ਕਿ ਵੋਟਾਂ ਲੈਣ ਦੇ ਲਈ ਸਾਰੀ ਜਿਹੜੀ ਮਤਲਬ ਕੈਨੇਡਾ ਦਾ ਜਾਂ ਮਾਹੌਲ ਖਰਾਬ ਆ ਜਾਂ ਇੱਥੇ ਦੀਆਂ ਪ੍ਰੋਬਲਮਸ ਹੈਗੀਆਂ, ਉਹਦਾ ਭਾਂਡਾ ਪ੍ਰਵਾਸੀਆਂ ਸਿਰ ਭੰਨਿਆ ਜਾ ਰਿਹਾ ਇਮੀਗ੍ਰੈਂਟਸ ਵਿੱਚ ਜੀ, ਤੇ ਉਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੂਲ ਚੇਂਜ ਹੋ ਰਹੇ ਆ ਜੀ, ਸੋ ਜਿਹੜੇ ਆਉਣਾ ਚਾਹੁੰਦੇ ਆ ਉਹ ਮਾੜਾ ਜਿਹਾ ਸੋਚ ਵਿਚਾਰ ਕੇ ਆਉਣ, ਤੇ ਜਿਹੜਾ ਮਤਲਬ ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਅਨਾਊਂਸਮੈਂਟ ਹੀ ਹੋ ਗਈਆਂ ਕਿ LMI ਤੇ ਜਿਹੜੇ ਆਉਂਦੇ ਆ ਕੈਨੇਡਾ ਵਰਕ ਪਰਮਿਟ ਤੇ, ਸੋਰੀ ਜਿਹੜੇ ਕੈਨੇਡਾ ਬਿਜ਼ਨਸ ਪਰਮਿਟ ਤੇ ਆਉਂਦੇ ਆ ਉਹਨਾਂ ਨੂੰ LMI ਆਪਾਂ ਨਹੀਂ ਦੇਣੀ, ਸੋ ਇਸ ਤਰ੍ਹਾਂ ਦੇ ਚੇਂਜਸ ਜਿਹੜੇ ਆ ਰਹੇ ਆ ਮਾਹੌਲ ਪ੍ਰਵਾਸੀਆਂ ਲਈ ਕੋਈ ਵਧੀਆ ਨਹੀਂ ਹੈਗਾ। ਠੀਕ ਆ ਜੀ, ਤੇ ਇਹ ਜਿਹੜੀ ਨਵੀਂ ਆਈ ਹੈ ਇਹ ਮਤਲਬ ਇਹਦਾ ਰੀਜ਼ਨ ਲੈ ਕੇ ਆਉਣ ਦਾ ਕੀ ਚੱਕਰ ਆ, ਵੀ ਵੋਟਾਂ ਤੁਸੀਂ ਕਹਿੰਦੇ ਹੋ? ਹਾਂਜੀ, ਜਦੋਂ ਵੀ ਕੋਈ ਇਕਨੋਮੀ ਜਿਹੜੀ ਆਰਥਿਕਤਾ ਹੁੰਦੀ ਹੈ ਸੰਕਟ ਦੇ ਵਿੱਚ ਹੁੰਦੀ ਆ ਤਾਂ ਉਦੋਂ ਜਿਹੜੀਆਂ ਵਿਰੋਧ ਤਾਈਆਂ ਹੁੰਦੀਆਂ ਸਮਾਜ ਦੇ ਵਿੱਚ ਤਿੱਖੀਆਂ ਹੋ ਜਾਂਦੀਆਂ ਜੀ, ਜਿਵੇਂ ਇੰਡੀਆ ਦੇ ਵਿੱਚ ਜਦੋਂ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਉਹ ਮਤਲਬ ਹਿੰਦੂਆਂ ਨੂੰ ਇਹ ਜਚਾਇਆ ਗਿਆ ਮੈਜੋਰਟੀ ਨੂੰ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਆ ਮੁਸਲਮਾਨ ਘੱਟ ਗਿਣਤੀ ਲੋਕ ਜਾਂ ਦਲਿਤ ਲੋਕ ਨੇ, ਹਨਾ, ਉਹਨਾਂ 'ਚ ਪਾਲ ਪਾਇਆ ਗਿਆ ਜੀ, ਕੀਤਾ ਉਹਨਾਂ ਨੇ ਹਿੰਦੂਆਂ ਲਈ ਵੀ ਕੁਛ ਨਹੀਂ ਜੀ, ਉਹ ਸੇਮ ਸਟ੍ਰੈਟਜੀ ਜਿਹੜੀ ਗੋਰਿਆਂ ਦੀ ਕਹਿ ਲਓ ਆਪਾਂ ਡਿਵਾਈਡ ਐਂਡ ਰੂਲ ਵਾਲੀ ਆ ਉਹ ਇੱਥੇ ਵੀ ਅਪਣਾਈ ਜਾ ਰਹੀ ਆ ਜੀ। ਕੈਨੇਡਾ ਵਿੱਚ ਜਿਵੇਂ ਜਿਵੇਂ ਆਰਥਿਕ ਮੰਦੀ ਜਿਹਨੂੰ ਅੰਗਰੇਜ਼ੀ 'ਚ ਰਿਸੈਸ਼ਨ ਕਹਿੰਦੇ ਆ ਉਹ ਤੇਜ਼ ਹੋ ਰਿਹਾ, ਪੈਸਾ ਕੁਝ ਹੱਥਾਂ ਦੇ ਵਿੱਚ ਇਕੱਠਾ ਹੋ ਰਿਹਾ, ਸਾਰਾ ਕੁਝ ਇੱਥੇ ਪ੍ਰਾਈਵੇਟ ਆ ਵੱਡੀਆਂ ਕਾਰਪੋਰੇਸ਼ਨਾਂ ਦੇ ਕੋਲ, ਤੇ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਹੈ ਨਹੀਂ, ਜਿਹੜਾ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਹੈਗਾ ਵੀ ਆ ਉਹ ਕ੍ਰੈਡਿਟ ਕਾਰਡਾਂ ਦਾ, ਲੋਨ ਆ ਘਰ ਲੈਣਾ, ਲੋਨ ਗੱਡੀ ਲੋਨ ਤੇ, ਤੇ ਉਹ ਫਿਰ ਕੰਮ ਤਾਂ ਚੱਲਦੇ ਆ ਜੇ ਤੁਹਾਡੀ ਜੋਬ ਚੱਲਦੀ ਆ, ਤੇ ਇਸ ਟਾਈਮ ਜੋਬਾਂ ਜਾ ਰਹੀਆਂ ਰਿਸੈਸ਼ਨ ਕਰਕੇ ਤੇ ਉਹ ਸਰਕਲ ਖੜ ਰਿਹਾ, ਤੇ ਜਿਹਦੇ ਕਰਕੇ ਕੈਨੇਡਾ ਦਾ ਜਿਹੜਾ ਹਾਲਾਤ ਆ ਉਹ ਖਰਾਬ ਹੋ ਰਿਹਾ, ਤੇ ਉਹਦੇ ਵਿੱਚੋਂ ਹੀ ਇੱਦਾਂ ਦੀਆਂ ਜਿਹੜੀਆਂ ਪਾਲਿਸੀਆਂ ਜਿਹੜੀਆਂ ਆ ਰਹੀਆਂ ਹੁਣ, ਪਾਲਿਸੀਆਂ ਲਿਆਉਣ ਦਾ ਕਾਰਨ ਜਿਹੜੇ ਕੈਨੇਡੀਅਨਸ ਆ ਉਹਨਾਂ ਨੂੰ ਇਸ ਗੱਲ ਤੋਂ, ਇਹਨਾਂ ਨੂੰ ਇਸ ਗੱਲ ਦੀ ਮਤਲਬ ਸਮਝ ਨਹੀਂ ਹੈਗੀ ਕੁਛ ਹਿੱਸੇ ਨੂੰ ਜੀ, ਕਿ ਜਿਹੜਾ ਇਹ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਜਾਂ ਰਿਸੈਸ਼ਨ ਇੱਥੇ ਦਾ ਪੂੰਜੀਵਾਦੀ ਪ੍ਰਬੰਧ ਆ, ਸਾਮਰਾਜੀ ਪ੍ਰਬੰਧ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਤੇ ਜਿਹੜਾ ਲੁੱਟ ਦੇ ਉੱਤੇ ਬੇਸਡ ਆ ਜੀ, ਚੀਪ ਲੇਬਰ ਦੇ ਉੱਤੇ ਬੇਸਡ ਆ ਨਾ, ਹੁਣ ਉੱਧਰ ਧਿਆਨ ਨਾ ਜਾਵੇ ਉਹਦੇ ਤੋਂ ਧਿਆਨ ਡਾਈਵਰਟ ਕਰਨ ਦੇ ਲਈ ਜੀ, ਇੱਦਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਆ ਕਿ ਦੇਖੋ ਪ੍ਰਵਾਸੀ ਜਿਵੇਂ ਪੰਜਾਬ ਦੇ ਵਿੱਚ ਭਈਆਂ ਨੂੰ ਭਜਾਉਣ ਦੀ ਮੁਹਿੰਮ ਕੁਛ ਬੰਦਿਆਂ ਨੇ ਕੀਤੀ ਕਿ ਪੰਜਾਬ 'ਚ ਜ਼ਮੀਨ ਨਾ ਲੈਣ, ਇਹ ਪੰਜਾਬ ਦਾ ਇਹ ਜੌਬਾਂ ਖਾ ਗਏ, ਇਹ ਰੇਹੜੀਆਂ, ਉਹ ਤਾਂ ਵਿਚਾਰੇ ਰੁਜ਼ਗਾਰ ਲਾ ਰਹੇ ਆ, ਆਪਣਾ ਕਿਰਤ ਕਰ ਰਹੇ ਆ ਜੀ, ਤੇ ਉਵੇਂ ਹੀ ਸਾਡੇ 'ਤੇ ਆ ਇਹੋ ਜਿਹਾ ਮਾਹੌਲ ਜਿਹੜਾ ਸਾਡੇ ਇੱਥੇ ਬਣਾਇਆ ਜਾ ਰਿਹਾ, ਇਸ ਕਰਕੇ ਸਾਰਾ ਵੋਟਾਂ ਦਾ ਅਤੇ ਸਿਸਟਮ ਦਾ ਹੀ ਜਿਹੜਾ ਮਤਲਬ ਸਿਸਟਮ ਹੈਗਾ ਜੀ। ਇੱਕ ਗੱਲ ਤੁਸੀਂ ਧਿਆਨ, ਆਪਾਂ ਸਾਰਿਆਂ ਨੂੰ ਪਤਾ ਵੀ ਸਾਡੇ ਉੱਧਰ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹੈ ਨਾ, ਜਿੰਨਾ ਮਰਜ਼ੀ ਸਮਝਾ ਲਓ, ਜਿੰਨੀ ਮਰਜ਼ੀ ਗਰਾਊਂਡ ਰਿਐਲਿਟੀ ਦਿਖਾ ਲਓ, ਪਰ ਸਮਝ ਕੇ ਕੋਈ ਰਾਜੀ ਕਾਹਤ ਨਹੀਂ ਹੈਗਾ ਕਿ ਕੈਨੇਡਾ ਦਾ ਭੂਤ ਸੁਭਾਅ ਇਹੋ ਜਿਹਾ। ਇਹ ਅਸਲ ਦੇ ਵਿੱਚ ਨਾ ਮਨੁੱਖੀ ਸੁਭਾਅ ਆ ਕਿ ਬੰਦੇ ਤਜਰਬਿਆਂ ਤੋਂ ਸਿੱਖਦੇ ਆ ਜੀ, ਜਾਂ ਮਤਲਬ ਅਸੀਂ ਆਲੇ ਦੁਆਲੇ ਜਿਹੜੇ ਤਾਂ ਕੋਈ ਸਮਝਦਾਰ ਹੈਗੇ ਉਹ ਤਾਂ ਸੁਣ ਕੇ ਸਮਝ ਲੈਂਦੇ ਆ ਗੱਲ ਜੀ, ਪਰ ਬਹੁਤ ਗਿਣਤੀ ਸਹੀ ਬਣ ਕਹਿਣ 'ਚ ਮੇਰੇ ਵੀ ਕੋਈ ਰਿਸ਼ਤੇਦਾਰ ਹੈਗੇ, ਜੇ ਮੈਂ ਉਹਨਾਂ ਨੂੰ ਕਮਾਂ ਸਮਝਾਵਾਂ ਉਹਨਾਂ ਲੱਗਣਾ ਵੀ ਜਿਹੜੇ ਸਵਾਦ ਇਹ ਲੈਂਦੇ ਕੈਨੇਡਾ, ਹੈ ਨਾ, ਜਾਂ ਮਿੱਤਰ ਦੋਸਤ ਹੈਗੇ ਵੀ ਉਹ ਸਵਾਦ ਅਸੀਂ ਵੀ ਲੈਣੇ ਆ, ਜਿਵੇਂ ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਆ ਜੀ। ਹੁਣ ਕਈ ਗੱਲਾਂ ਦਾ ਪਤਾ ਤਾਂ ਮੈਨੂੰ ਵੀ ਸੀਗਾ, ਮੈਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਹੁੰਦਾ ਸੀਗਾ, ਮੈਂ ਪੜ੍ਹਦਾ ਹੁੰਦਾ ਸੀਗਾ ਕਿ ਇਹ ਸਾਮਰਾਜੀ ਮੁਲਕਾਂ ਦੇ ਵਿੱਚ ਸੰਕਟ ਆਉਂਦੇ ਆ, ਲੋਕਾਂ ਨੂੰ ਸਮੱਸਿਆਵਾਂ ਹੈਗੀਆਂ, ਲੋਕਾਂ ਦੀ ਇਸ ਸੁਸਾਇਟੀ ਦੀ ਆਪਣੀਆਂ ਸਮੱਸਿਆਵਾਂ ਨੇ, ਹੈ ਨਾ, ਪਰ ਉਹ ਚੀਜ਼ਾਂ ਜਿਹੜੀਆਂ ਪ੍ਰੈਕਟੀਕਲੀ ਆ ਕੇ ਇੱਥੇ ਪਤਾ ਲੱਗੀਆਂ, ਇਹ ਹੁਣ ਅਸੀਂ ਦੱਸ ਰਹੇ ਹਾਂ ਜਿਹੜੀਆਂ ਪੜ੍ਹਦੇ ਹੁੰਦੇ ਸੀ ਕਿਤਾਬਾਂ 'ਚ, ਰਿਸੈਸ਼ਨ ਕੀ ਹੁੰਦਾ, ਰਿਸੈਸ਼ਨ ਹੁਣ ਦੇਖ ਰਹੇ, ਉੱਥੇ ਸੁਣਿਆ ਨਹੀਂ ਸੀ ਕਦੇ, ਹੈ ਨਾ, ਕਦੇ ਆਹ ਲੋਕਡਾਊਨ ਨਹੀਂ ਸੀ ਦੇਖਿਆ ਕਿ ਤੁਹਾਨੂੰ 6-6 ਮਹੀਨੇ ਘਰ 'ਚ ਬਹਿਣਾ ਪੈ ਜਾਊਗਾ, ਤੁਸੀਂ ਰੋਟੀ ਲਈ ਵੀ ਆਵਾਜ਼ਾਰ ਹੋ ਜਾਓਗੇ, ਹੈ ਨਾ, ਸੋ ਉਹ ਬੰਦੇ ਵੀ ਜਿਹੜਾ ਉਹ ਤਜਰਬੇ ਤੋਂ ਸਿੱਖ ਲੈਣਗੇ। ਹੁਣ ਬਹੁਤ ਸਾਰੇ ਬੰਦੇ ਜਿਹੜੇ ਇੱਥੇ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੇ, ਸਟੂਡੈਂਟ ਆਈ ਵਾਚ ਲੈਣੀ ਆ, ਮੈਂ ਆਈਪੈਡ ਲੈਣਾ, ਗੱਡੀ ਲੈਣੀ ਆ, ਉਹ ਹੁਣ ਆ ਕੇ ਉਹਨਾਂ ਨੂੰ ਫ੍ਰੀ ਗਰੋਸਰੀ ਦੀ ਲਾਈਨ 'ਚ ਲੱਗਣਾ ਪੈ ਰਿਹਾ। ਆ ਜਿਵੇਂ ਖਾਲਸੇ ਵਾਲੇ ਭਾਜੀ ਬੋਲ ਕੇ ਹਟੇ ਆ ਕਿ ਸਾਡੇ ਕੋਲ 2000 ਬੱਚਾ ਜਿਹੜਾ ਹਰ ਮੰਥ ਜਿਹੜਾ ਫ੍ਰੀ ਗਰੋਸਰੀ ਲੈਣ ਆਉਂਦਾ, ਉੱਥੇ ਘੱਟੋ ਘੱਟ ਰੋਟੀ ਤਾਂ ਹੈ ਘਰੇ, ਡਰੰਮ ਤਾਂ ਦਾਣਿਆਂ ਦੇ ਭਰੇ ਹੋ ਆ, ਇੱਥੇ ਤਾਂ ਅਸੀਂ ਉਹਦੇ ਤੋਂ ਵੀ ਆਵਾਜ਼ਾਰ ਹੋ ਜਾਂਦੇ ਆ ਕੇ, ਅਤੇ ਇਸ ਕਰਕੇ ਉਹ ਮਤਲਬ ਜੇ ਉਹ ਨਹੀਂ ਪਤਾ ਲੱਗ ਰਿਹਾ ਤਾਂ ਤਜਰਬੇ 'ਚੋਂ ਸਿੱਖ ਜਾਣਗੇ ਉਹ। ਅਤੇ ਇੱਕ ਹੁਣ ਇੱਕ ਅੰਕੜਾ ਸਾਹਮਣੇ ਆਉਂਦਾ, ਬਹੁਤ ਚੰਨਾਂ ਦੇ ਵੱਖ ਵੱਖ ਅੰਕੜਾ ਆਉਂਦਾ,
ਵੀ 2024 ਦੇ ਲਾਸਟ ਵਿੱਚ 70,000 ਸਟੂਡੈਂਟ ਡਿਪੋਰਟ ਹੋ ਸਕਦਾ, ਕੋਈ ਕਹਿੰਦਾ 1,30,000 ਡਿਪੋਰਟ ਹੋ ਸਕਦਾ, ਤੁਸੀਂ ਵੀ ਅੱਜ ਧਰਨਾ ਚੱਲ ਰਿਹਾ, ਉਹ ਗਿਣਤੀ ਕੁਛ ਕੀ ਚੱਕਰ ਹੈ? ਉਹ ਜਿਹੜਾ 70 ਦੋਸ਼ੀ ਅਸਲ ਦੇ ਵਿੱਚ ਨਾ ਭੇਡ ਚਾਲ ਆ ਮੀਡੀਆ ਦੇ ਵਿੱਚ। ਪਿਛਲੇ ਵਾਰ ਤੁਹਾਨੂੰ ਯਾਦ ਹੋਣਾ ਕਿ ਜਦੋਂ 700 ਸਟੂਡੈਂਟ ਡਿਪੋਰਟ ਹੋਣ ਦਾ ਮਸਲਾ ਆਇਆ, ਉਹ 700 ਤਾਂ ਸੀਗੇ ਨੀ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਆਪਾਂ ਸੀਗੇ ਉੱਥੇ, ਹੈ ਨਾ। ਉਹ 17 ਸੀਗੇ ਲੜਨ ਵਾਲੇ, ਤੇ ਵੈਸੇ ਉਹ ਕੇਸ ਤਾਂ ਸੈਕੜੇ ਬੰਦਿਆਂ ਦਾ ਸੀਗਾ, ਪਤਾ ਨੀ ਕਿੱਥੇ ਕਿੰਨੀ ਗਿਣਤੀ, ਉਹਦਾ ਨੰਬਰ ਨਹੀਂ ਸੀਗਾ, ਪਰ ਉਹ ਕੇਸ ਦਾ ਨਾਮ 700 ਹੀ ਚੱਲੀ ਗਿਆ। ਅੱਛਾ, ਹੁਣ ਇਸ ਕੇਸ ਦਾ ਨਾਮ ਹੈ 70-80,000 ਚੱਲਣਾ, ਤੁਸੀਂ ਜਿੰਨੀਆਂ ਮਰਜ਼ੀ ਵੀਡੀਓ ਪਾ ਲਿਓ ਗਾਹਾਂ ਤੋਂ। ਕਿਉਂ? ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਕਿ ਅਸੀਂ ਲੀਫਲੈਟ ਕੱਢਿਆ ਸੀਗਾ, ਉਹਦੇ ਵਿੱਚ ਪਹਿਲੀ ਲਾਈਨ ਸੀਗੀ ਕਿ ਜੇ ਇਸ ਸਾਲ ਦੇ ਐਂਡ ਤੱਕ ਫਿਰ PR ਚੰਗੇ, ਮਤਲਬ PR ਦੇ ਡਰਾ ਨਾ ਆਏ ਤੇ ਨੀਤੀਆਂ ਚੇਂਜ ਨਾ ਕੀਤੀਆਂ ਗਈਆਂ, ਤਾਂ 70-80,000 ਬੰਦਾ ਅਗਸਤ ਤੱਕ ਹੋ ਸਕਦਾ। ਓਕੇ, ਉਹਦੇ ਵਿੱਚ ਹੁਣ ਬਹੁਤ ਸਾਰੇ ਬੰਦੇ ਅਮਰੀਕਾ ਡੌਂਕੀ ਲੈ ਗਏ, ਬਹੁਤ ਸਾਰੇ ਬੰਦੇ ਨੇ ਰਿਫਿਊਜੀ ਫਾਈਲ LMIA ਲੈ ਲਈਆਂ, ਉਹ ਬੰਦੇ ਥੋੜੇ ਇੱਧਰ ਹੋ ਗਏ, ਪਰ ਇਹਦੇ ਵਿੱਚ ਹੁਣ ਜਦੋਂ ਉਹਨੇ ਡਰਾ ਨਹੀਂ ਆਏ ਜਿੰਨੇ ਪਿਛਲੇ ਸਾਲਾਂ 'ਚ ਬੰਦੇ ਆ ਗਏ, ਸਟੂਡੈਂਟ ਆ ਗਏ, ਉਹ ਡਰਾ ਨਹੀਂ ਆ ਰਹੇ, ਇਸ ਕਰਕੇ ਉਹਦੇ ਵਿੱਚ ਬੰਦੇ ਹਰ 6 ਮਹੀਨੇ ਬਾਅਦ ਨਵੇਂ ਬੰਦੇ ਐਡ ਹੋਈ ਜਾਣੇ ਆ। ਜਿਹੜਾ 2019 'ਚ ਆਇਆ ਮੇਰੇ ਯਾਰ 21 'ਚ ਪਰਮਿਟ ਮਿਲਿਆ, ਤਾਂ ਮੇਰਾ 2024-25 'ਚ ਐਕਸਪਾਇਰ ਹੋਆ, ਜਿਹੜੇ ਮੇਰੇ ਜਿਹਨੂੰ ਮੇਰੇ ਤੋਂ 6 ਮਹੀਨੇ ਬਾਅਦ ਪਰਮਿਟ ਮਿਲਿਆ ਉਹਦਾ 6 ਮਹੀਨੇ ਬਾਅਦ ਐਕਸਪਾਇਰ ਹੋਆ, ਹੁਣ ਆਹ ਅਗਸਤ ਵਿੱਚ ਇਹਦੇ ਵਿੱਚ ਹੋਰ ਪੂਰਾ ਐਡ ਹੋ ਗਿਆ, ਮੇ ਬੀ ਇਹ ਗਿਣਤੀ ਇਸ ਸਾਲ ਦੇ ਐਂਡ ਤੱਕ 1,00,000 ਤੋਂ ਟੱਪ ਜਾਵੇ ਵੀ ਜਿਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਜੀ, ਤੇ ਉਹ ਵੱਡੀ ਪੱਧਰ ਦੇ ਬਾਹਰ ਨਹੀਂ ਆ ਰਹੇ, ਸੜਕਾਂ ਦੇ ਬਿਨੀ ਪੈਗ 'ਚ ਧਰਨੇ ਲੱਗੇ ਹੋਏ ਆ, ਪ੍ਰੈਸ ਸੈਂਡਵਿਚ ਧਰਨੇ ਚੱਲ ਰਹੇ ਆ ਨਾ, ਉਹ ਇਸੇ ਕਰਕੇ ਚੱਲ ਰਹੇ ਆ ਕਿ ਉਹ ਮਤਲਬ ਉਹਨਾਂ ਦੇ ਵਰਕ ਪਰਮਿਟ ਮੁੱਕ ਕੇ PR ਨਹੀਂ ਆਈ, ਕਿਉਂਕਿ ਸਟੂਡੈਂਟ ਦਾ ਕੋਟਾ ਵਧਾ ਲਿਆ ਪਰ PR ਨਹੀਂ ਵਧਾਈ। ਈਵਨ ਕਿ ਜਿਹੜਾ ਚੱਲ ਰਹੇ ਸੀ ਪਹਿਲਾਂ ਡਰਾ, ਹਰ ਮਹੀਨੇ ਤੁਹਾਨੂੰ ਪਤਾ ਵੀ ਐਕਸਪ੍ਰੈਸ ਐਂਟਰੀ ਦੇ 2 ਡਰਾ ਆਉਂਦੇ ਸੀਗੇ, ਉਹ 1,000 ਇਨਵੀਟੇਸ਼ਨ ਸੀਗੇ, ਤੇ ਉਹ ਕੋਵਿਡ ਤੋਂ ਬਾਅਦ ਬੰਦ ਹੋ ਗਏ, ਆ ਸਾਡੇ ਧਰਨਿਆਂ ਤੋਂ ਬਾਅਦ ਲੱਗਣੇ, ਮਤਲਬ ਡਰਾ ਆਉਣੇ ਸ਼ੁਰੂ ਹੋਏ ਆ, ਜਿਹੜੇ ਮਤਲਬ ਸਾਨੂੰ ਕਹਿੰਦੇ ਧਰਨਿਆਂ ਨੇ ਕੀ ਹੋਣਾ। ਅੱਛਾ, ਆ 3 ਡਰਾ ਆ ਗਏ ਉਸ ਤੋਂ ਬਾਅਦ, ਤੇ ਹੁਣ ਉਹਨਾਂ ਨੇ ਫੈਡਰਲ ਨੇ ਕਹਿ ਦਿੱਤਾ ਕਿ ਪ੍ਰੋਵਿੰਸ ਇਹਨਾਂ ਨੂੰ ਮਤਲਬ ਦਵੇ, ਪ੍ਰੋਵਿੰਸ ਦੱਸੇ ਵੀ ਕਿਹੜੇ ਬੰਦੇ ਪੱਕੇ ਕਰਨੇ ਕਿਹੜੇ ਨਹੀਂ ਕਰਨੇ, ਲੈਟਰ ਦਵੇ, ਅਸੀਂ ਐਕਸਟੈਂਸ਼ਨ ਦਿੰਨੇ ਆ। ਮਤਲਬ ਇੱਥੇ ਤੱਕ ਤਾਂ ਗੱਡੀ ਆ ਗਈ ਹੈ, ਤੇ ਜਿਹੜਾ ਆਪਾਂ ਸ਼ੁਰੂ ਕੀਤਾ ਆ, ਤੇ ਇਹ ਮਤਲਬ ਇਸੇ ਲਈ ਆ ਕਿ ਜਿਹੜਾ ਸਾਰਿਆਂ ਨੂੰ ਜਿਹਨਾਂ ਨੂੰ ਬੁਲਾ ਲਿਆ ਉਹਨਾਂ ਨੂੰ ਕਰੋ, ਤੇ ਜੇ ਕੈਪ ਲਾ ਤਾਂ ਠੀਕ ਆ, +2 ਵਾਲੇ ਥੋੜਾ ਲੇਟ ਵੀ ਆ ਜਾਣਗੇ, ਰੁਕ ਕੇ ਆ ਜਾਣਗੇ, ਕੋਈ ਗੱਲ ਨਹੀਂ, ਉਹਦੇ ਨਾਲ ਹੁਣ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਐਡਮਿਸ਼ਨਾਂ ਵੀ ਕੁਛ ਵਧੀਆਂ ਹੈਗੀਆਂ। ਇੱਕ ਮੈਨੂੰ ਇਹ ਗੱਲ ਦੱਸਿਓ, ਜਦ ਆਮ ਵੀ ਆਪਾਂ ਗੱਲ ਕਰਦੇ ਜਾਂ ਕਮੈਂਟ ਆਉਂਦੇ ਨੇ ਵੀ ਸਾਰੇ ਬੱਚਿਆਂ ਨੇ 2 ਸਾਲ ਦੀ ਸਟੱਡੀ ਕੀਤੀ, 3 ਸਾਲ ਦਾ ਵਰਕ ਪਰਮਿਟ ਮਿਲਿਆ, ਉਹ 'ਚ ਤੁਸੀਂ PR ਕਿਉਂ ਨਹੀਂ ਹੋਏ, ਕਿਉਂ ਤੁਸੀਂ ਧਰਨੇ ਲਾਉਂਦੇ? ਕਹਿੰਦਾ ਸੌਖਾ ਤਰੀਕਾ ਲੱਭ ਰਹੇ ਹੋ ਤੁਸੀਂ ਧਰਨੇ ਲਾਉਣ ਦਾ। PR ਕਹਿੰਦੇ ਨੇ ਹੁਣ ਅਸੀਂ ਜੇ ਡਰਾ ਉਹਦੇ, ਹਾਂ ਕਹਿੰਦੇ ਡਰਾ ਬਹੁਤ ਆਏ ਨੇ ਕੋਵਿਡ ਦੇ ਵਿੱਚ, ਤਾਂ ਕਹਿੰਦੇ ਬਹੁਤ ਪੱਕੇ ਕੀਤੇ ਕੋਵਿਡ ਦੇ ਵਿੱਚ, ਤਾਂ ਬੰਦ ਹੀ ਕਰਤਾ ਕੋਵਿਡ ਦੇ ਵਿੱਚ, ਤਾਂ ਐਕਸਪ੍ਰੈਸ ਐਂਟਰੀ ਦਾ ਡਰਾ ਬਾਈ ਵੀਕਲੀ ਆਉਂਦਾ ਹੁੰਦਾ ਸੀਗਾ। ਅੱਛਾ, 1 ਮਹੀਨੇ 'ਚ 2 ਵਾਰੀ, ਉਹਦੇ ਵਿੱਚ 5-5, 10-10,000 ਇਨਵੀਟੇਸ਼ਨ ਹੁੰਦਾ ਸੀਗਾ। ਓਕੇ, ਤੇ ਉਹ ਬੰਦੇ ਕੈਨੇਡੀਅਨ ਅਕੈਡਮੀ ਦੇ ਵਿੱਚ ਅਬਜ਼ਰਵ ਹੋ ਜਾਂਦੇ ਸੀਗੇ ਜੀ, ਪਰ ਕੋਵਿਡ ਦੇ ਵਿੱਚ ਉਹ ਡਰਾ ਆਏ ਨਹੀਂ, ਕੋਵਿਡ ਦੇ ਵਿੱਚ ਐਕਸਟੈਂਸ਼ਨਾਂ ਮਿਲੀਆਂ ਕਿਉਂਕਿ ਡਿਪਾਰਟਮੈਂਟ ਸਾਰੇ ਬੰਦ ਸੀਗੇ। ਓਕੇ, ਉਹ ਐਕਸਟੈਂਸ਼ਨਾਂ ਦੇ ਦਿੱਤੀਆਂ, ਉਹ ਬੰਦੇ PR ਤਾਂ ਨਹੀਂ ਹੋਏ, ਇਕੱਠੇ ਹੋ ਗਏ, ਉਹ ਵੀ ਹੋ ਗਏ ਤੇ ਬੈਕਲੌਗ ਬਣ ਗਿਆ, ਤੇ ਉਸ ਤੋਂ ਬਾਅਦ ਇਹਦੇ ਵਿੱਚ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਨ੍ਹਾਂ ਦੀਆਂ PR ਦੇ ਲਈ ਫਾਈਲਾਂ ਲੱਗੀਆਂ ਹੋਈਆਂ ਨੇ। ਅੱਛਾ, ਉਹਨਾਂ ਦੇ ਉੱਤੇ ਡਿਸੀਜਨ ਨਹੀਂ ਆਇਆ ਕਿਉਂਕਿ ਬਹੁਤ ਸਾਰੀਆਂ ਫਾਈਲਾਂ ਲੱਗੀਆਂ ਤੇ ਬੈਕਲੌਗ ਆ, ਤੇ ਡਿਸੀਜਨ ਆਇਆ ਨਹੀਂ ਫਾਈਲ ਦੇ ਉੱਤੇ, ਉਧਰੋਂ ਵਰਕ ਪਰਮਿਟ ਮੁੱਕ ਗਿਆ। ਤੇ ਦੂਜੇ ਕੈਟਾਗਰੀ ਦੇ ਬੰਦੇ ਉਹ ਹੈਗੇ ਆ, ਇੱਕ ਤਾਂ ਤੁਸੀਂ ਸੋਚਿਆ ਹੋਣਾ ਵੀ ਮੰਨ ਲਓ 400 ਪੁਆਇੰਟ ਵਾਲਾ ਬੰਦਾ ਪੱਕਾ ਕਰਨਾ, ਤੇ ਜਿਹਦੇ ਮੰਨ ਲਓ 390-99 ਆ ਉਹ ਪੱਕਾ ਨਹੀਂ ਹੋਇਆ। ਇਹਦੇ ਵਿੱਚ ਕੁਛ ਬੱਚੇ ਇੱਦਾਂ ਦੇ ਆ ਜਿਨ੍ਹਾਂ ਦੇ 410 ਪੁਆਇੰਟ ਨੇ, ਤੇ ਉਹਨਾਂ ਨੂੰ ਇਸ ਕਰਕੇ PR ਨਹੀਂ ਕੀਤਾ ਜਾ ਰਿਹਾ ਵੀ ਤੇਰੇ 10 ਪੁਆਇੰਟ ਜ਼ਿਆਦੇ ਆ, ਇਹ ਬੜੀ ਹੈਰਾਨੀ ਵਾਲੀ ਗੱਲ ਆ। ਉਹਨਾਂ ਹੁਣ ਉਹ ਬੰਦੇ ਨੂੰ ਇਹ 'ਚ ਕਰਨਾ ਪੈਣਾ ਵੀ ਉਹ ਆਇਲਸ ਦਾ ਪੇਪਰ ਦੁਆਰਾ ਦਊਗਾ, ਜੋ ਪਰ ਉਹ ਕਾਬਲ ਦਾ ਹੈਗਾ 7-8 ਬੈਂਡ ਲੈਣ ਦੇ, ਉਹ ਜਾਊਗਾ ਪਰ 3-4 ਬੈਂਡ ਲੈ ਕੇ ਮੁੜੂਗਾ ਤਾਂ ਕਿ ਮੇਰੇ ਥੋੜ੍ਹੇ ਜਿਹੇ ਨੰਬਰ ਘੱਟ ਜਾਣ। ਇਹਨੂੰ ਕਹਿੰਦੇ ਅਪਰ ਕੈਪ, ਲੋਅਰ ਕੈਪ, ਇਹ ਵੀ ਇੱਕ ਕਿਸਮ ਦੇ ਬੱਚੇ ਹੈਗੇ ਆ। ਕੁਛ ਕੁ ਬੱਚੇ ਦੂਜੀਆਂ ਪ੍ਰੋਵਿੰਸਾਂ ਦੇ ਵਿੱਚ ਗਏ ਸੀਗੇ ਪ੍ਰੋਗਰਾਮ ਨੂੰ ਟਾਰਗੇਟ ਕਰਕੇ, ਹਨਾ, ਉੱਥੇ ਜਦੋਂ ਬੰਦੇ ਦਾ ਸਾਲ ਦਾ ਐਕਸਪੀਰੀਅੰਸ ਪੂਰਾ ਹੋ ਗਿਆ ਤੇ ਉਧਰੋਂ ਉਹਨਾਂ ਨੇ ਪ੍ਰੋਗਰਾਮ ਬੰਦ ਕਰਤਾ ਕਿ ਸਾਨੂੰ ਬੈਲਡਰ ਜਾਂ ਪਲੰਬਰ ਚਾਹੀਦੇ ਨਹੀਂ, ਸਾਨੂੰ ਬੇਕਰ ਚਾਹੀਦੇ ਨਹੀਂ,
ਤੇ ਉਧਰੋਂ ਪਰਮਿਟ ਵੀ ਬਈ ਤੁਸੀਂ ਇਹ ਚੀਜ਼ ਸਾਲ ਪਹਿਲਾਂ ਦੱਸੋ, ਗੇਮ ਦੇ ਐਂਡ ਤੇ ਅਗਰ ਰੂਲ ਨਹੀਂ ਚੇਂਜ ਕਰੀ ਦੇ ਹੁੰਦੇ, ਗੇਮ ਸ਼ੁਰੂ ਹੋਣ ਤੋਂ ਪਹਿਲਾਂ ਰੂਲ ਦੱਸੀ ਦੇ ਆ, ਹਨਾ? ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਇਹਦੇ ਵਿੱਚ ਬੰਦੇ ਹੈਗੇ ਆ, ਪਰ ਓਵਰਆਲ ਮਸਲਾ ਇਹੀ ਆ ਕਿ ਬੰਦਾ ਵੱਧ ਬੁਲਾ ਲਿਆ, ਪੀਆਰ ਦਾ ਕੋਟਾ ਵਧਾਇਆ ਨਹੀਂ, ਜਿਹੜਾ ਕੋਟਾ ਚੱਲ ਵੀ ਰਿਹਾ ਸੀ ਉਹ ਕੋਵਿਡ ਤੋਂ ਬਾਅਦ ਉਹ ਆ ਕੇ ਘਟਾ ਦਿੱਤਾ, ਅਤੇ ਦੂਜਾ ਉੱਤੋਂ ਹੁਣ ਅਗਲੇ ਸਾਲ ਵੋਟਾਂ ਆ ਗਈਆਂ, ਉੱਧਰੋਂ ਰਿਸੈਸ਼ਨ ਆ ਗਿਆ, ਅਤੇ ਜਿੱਦਾਂ ਜਿੱਦਾਂ ਰਿਸੈਸ਼ਨ ਵੱਧ ਰਿਹਾ ਉੱਦਾਂ ਉੱਦਾਂ ਸਰਕਾਰ ਨੇ ਵੋਟਾਂ ਲੈਣ ਦੇ ਲਈ ਸਾਰੀਆਂ ਪਾਰਟੀਆਂ ਤਰਲੋ ਮੱਛੀ ਹੋ ਰਹੀਆਂ, ਲਿਬਰਲ ਅਤੇ ਕੰਜ਼ਰਵੇਟਿਵ ਦੋਨੇ ਹੀ, ਲਿਬਰਲ ਸੱਤਾ 'ਚ ਆ ਅਤੇ ਉਹ ਮਾਹੌਲ ਇਹ ਬਣਾ ਰਹੇ ਕਿ ਕੈਨੇਡਾ ਵੋਟਰਸ ਨੂੰ ਇਹ ਦੱਸਿਆ ਜਾ ਰਿਹਾ ਕਿ ਤੁਹਾਡੀਆਂ ਪ੍ਰੋਬਲਮਸ ਦੀ ਜੜ੍ਹ ਇਹ ਪ੍ਰਵਾਸੀ ਆ, ਸੇਮ ਇੰਡੀਆ ਦੇ ਵਿੱਚ ਵਾਂਗੂ, ਤਾਂ ਇਸ ਕਰਕੇ ਉਹਦੇ ਵਿੱਚ ਰਗੜਾ ਲੱਗ ਰਿਹਾ ਸਾਡਾ। ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਆ ਅਤੇ ਉਹ ਮੰਨ ਰਹੇ ਆ ਗਲਤੀ, ਅਤੇ ਉਹਨਾਂ ਨੂੰ ਪਤਾ ਵੀ ਕੌਣ ਗਲਤ ਆ, ਪਰ ਉਹ ਹੱਲ ਨਹੀਂ ਕਰ ਰਹੇ, ਇਸ ਕਰਕੇ ਅਸੀਂ ਸਾਨੂੰ ਅੱਖ ਕੇ ਧਰਨਾ ਲਾਉਣਾ ਸ਼ੁਰੂ ਪਿਆ ਉਹਨਾਂ ਵਿੱਚ ਹੀ, ਇਹ ਸਾਰਾ ਮਸਲਾ। ਇੱਕ ਗੱਲ ਮੈਨੂੰ ਦੱਸਿਓ ਵੀ ਮੋਸਟਲੀ ਜਿਹੜਾ ਧਰਨਾ ਲਾਉਂਦੇ ਪੰਜਾਬੀ ਸਟੂਡੈਂਟ ਨੇ, ਚਲੋ ਗਿਣਤੀ ਵੱਧ ਆਪਣੀ, ਠੀਕ ਹੈ, ਪਰ ਸਾਡੇ ਪੁਰਾਣੇ ਪੰਜਾਬੀ ਆਏ ਮੈਨੂੰ ਲੱਗਦਾ ਵੀ ਸਾਥ ਨਹੀਂ ਦੇ ਰਹੇ, ਸੋਸ਼ਲ ਮੀਡੀਆ 'ਤੇ ਹੇਟ ਹੋ ਰਹੀ ਆ, ਇੱਥੇ ਵੀ ਪੁਰਾਣਿਆਂ ਦਾ ਇਕੱਠ ਘੱਟ ਦੇਖਣ ਨੂੰ ਮਿਲਦਾ, ਕਾਰਨ ਕੀ ਮੰਨਦੇ ਹੋ? ਇਹ ਹਾਂ ਚਲੋ ਹਾਂ ਇਕੱਠ ਘੱਟ ਵਾ, ਪਰ ਹੌਲੀ ਹੌਲੀ ਆਉਣ ਵਾਲੇ ਦਿਨਾਂ 'ਚ ਬਣ ਜੂਗਾ, ਉਹੀ ਕਿ ਜਿਵੇਂ ਬਾਕੀ ਕੈਨੇਡੀਅਨ ਜਿਹੜੇ ਭਰਮ ਭੁਲੇਖਿਆਂ ਦੇ ਸ਼ਿਕਾਰ ਨੇ ਉਵੇਂ ਉਹ ਵੀ ਭਰਮ ਭੁਲੇਖਿਆਂ ਦੇ ਸ਼ਿਕਾਰ ਹੈਗੇ ਆ। ਬੰਦੇ ਤਾਂ ਕਹਿੰਦੇ ਸਰੀਰ ਦੇ ਉੱਪਰ, ਸਰੀਰ ਵੀ ਆਪਣਾ, ਸਿਰ ਵੀ ਆਪਣਾ, ਸਿਰ ਦੇ ਵਿੱਚ ਦਿਮਾਗ ਵੀ ਆਪਣਾ, ਪਰ ਦਿਮਾਗ ਦੇ ਵਿੱਚ ਵਿਚਾਰ ਉਹ ਆਪਣੇ ਨਹੀਂ ਹੁੰਦੇ, ਉਹ ਆਲੇ ਦੁਆਲੇ ਬਣਦੇ ਆ, ਅਤੇ ਉਹ ਫੇਕ ਮੀਡੀਆ ਚੈਨਲ ਸੋਸ਼ਲ ਮੀਡੀਆ ਰਾਹੀਂ, ਰਾਈਟ ਵਿੰਗ ਦੇ ਜਿਹੜੇ ਕੋਈ ਰੇਸਿਸਟ ਚੈਨਲ ਹੈਗੇ ਆ ਉਹ ਧੱਕੇ ਨਾਲੇ ਬੋਲ ਰਹੇ ਆ। ਈਵਨ ਕਿ ਇਹਨਾਂ ਦੇ ਮੰਤਰੀ ਵੀ ਇਹੀ ਬਿਆਨ ਦੇ ਰਹੇ ਆ ਕਿ ਇਮੀਗ੍ਰੈਂਟਸ ਰਿਸਪੋਂਸੀਬਲ ਹੈਗੇ ਆ, ਹਾਊਸਿੰਗ ਕ੍ਰਾਈਸਿਸ ਲਈ ਸਟੂਡੈਂਟ ਰਿਸਪੋਂਸੀਬਲ ਆ, ਉਹਦੇ ਤੋਂ ਬਾਅਦ ਹੀ ਮਤਲਬ ਇਹ ਸਾਰਾ ਕੁਝ ਹੈਗਾ। ਕਿਸਾਨ ਅੰਦੋਲਨ ਵਾਂਗੂ ਨਕਲੀ ਆਈਡੀਆਂ ਬਣਾ ਕੇ ਕਿਸਾਨ ਲੀਡਰਾਂ ਨੂੰ ਗਾਲਾਂ ਕੱਢੀਆਂ ਗਈਆਂ, ਉਹ ਵੀ ਇੱਥੇ ਸਾਨੂੰ ਵੀ ਬਹੁਤ ਸਾਰਾ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਆ, ਪਰ ਉਹ ਬੰਦੇ ਆ ਜਾਣਗੇ ਜਿੱਦਾਂ ਜਿੱਦਾਂ ਉਹਨਾਂ ਨੂੰ ਸਿਚੁਏਸ਼ਨ ਗੱਲਬਾਤ ਕਲੀਅਰ ਹੋਊਗੀ, ਉਹ ਬੰਦੇ ਆਉਣਗੇ ਜ਼ਰੂਰ, ਬਟ ਉਹ ਹਜੇ ਉਹਨਾਂ ਨੂੰ ਅਸਲੀ ਗੱਲ ਦਾ ਪਤਾ ਹੀ ਨਹੀਂ ਹੈ। ਹੁਣ ਜਿਹੜਾ ਇਹ ਧਰਨਾ ਚੱਲ ਰਿਹਾ ਕਿੰਨੇ ਦਿਨ ਹੋ ਗਏ ਅਤੇ ਮੁੱਖ ਮੰਗਾਂ ਕੀ ਨੇ ਇਹਦੇ ਤੁਹਾਡੇ ਧਰਨੇ ਦੀਆਂ? ਇਹਦੀਆਂ ਚਾਰ ਮੁੱਖ ਮੰਗਾਂ ਨੇ, ਅੱਜ ਤੀਜੀ ਰਾਤ ਆਪਾਂ ਨੂੰ ਇੱਥੇ ਹੋ ਗਈ ਹੈ ਬੈਠਿਆਂ ਨੂੰ, ਬ੍ਰੈਂਪਟਨ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਬੈਠੇ ਹਾਂ। ਪਹਿਲੀ ਮੰਗ ਤਾਂ ਇਹ ਹੈਗੀ ਹੈ ਕਿ ਜਿਹੜਾ ਇਹਦਾ ਵੀਜ਼ੇ 2024-25 ਮੁੱਕ ਰਹੇ ਆ ਉਹਨਾਂ ਸਾਰਿਆਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ। ਦੂਜੀ ਹੈਗੀ ਹੈ ਕਿ LMIA ਦੇ ਨਾਂ ਦੇ ਉੱਤੇ ਹੁੰਦੀ ਲੁੱਟ ਬੰਦ ਕੀਤੀ ਜਾਵੇ। LMIA 30-40 ਹਜ਼ਾਰ ਦੀ ਵਿਕ ਰਹੀ ਹੈ, ਲੋਕਾਂ ਦੀਆਂ LMI ਲੈਣ ਦੇ ਲਈ ਪਿੱਛੇ ਜ਼ਮੀਨਾਂ ਵਿਕ ਰਹੀਆਂ ਆ, ਉਹਦੀ ਲੁੱਟ ਬੰਦ ਹੋਵੇ, ਸਿੱਧਾ 2 ਸਾਲ ਜੇ ਕਿਸੇ ਕੋਲ ਜੋਬ ਹੈਗੀ ਤਾਂ ਉਹਨੂੰ ਜੋਬ ਲੈਟਰ ਦੇ ਉੱਤੇ ਐਕਸਟੈਂਸ਼ਨ ਦਿੱਤੀ ਜਾਵੇ। ਤੀਜਾ ਹੈਗਾ ਕਿ ਫਿਰ PR ਪਾਥਵੇ, PR ਦਾ ਜੇ ਸੁਪਨਾ ਵੇਚ ਕੇ ਸਾਨੂੰ ਸਟੂਡੈਂਟਾਂ ਨੂੰ ਸੱਦਿਆ ਗਿਆ ਤਾਂ PR ਦੇ ਪ੍ਰੋਗਰਾਮ ਵੀ ਜਿਹੜੇ ਨਵੇਂ ਲਾਂਚ ਕੀਤੇ ਜਾਣ, ਤਾਂ ਕਿ ਕੈਪ ਲਾ ਲਿਆ ਠੀਕ ਹੈ, ਜਿਹੜੇ ਜਿਹਨਾਂ ਨੂੰ ਨਹੀਂ ਬੁਲਾਉਣਾ ਪਰ ਜਿਹੜੇ ਆ ਗਏ ਆ ਉਹਨਾਂ ਨੂੰ ਤੁਸੀਂ ਅਕੋਮੋਡੇਟ ਕਰੋ, ਉਹਨਾਂ ਦਾ ਕੋਈ ਹੱਲ ਕਰੋ। ਚੌਥਾ ਹੈਗਾ ਕਿ ਜਿਹੜੇ ਸਟੂਡੈਂਟ ਪੜ੍ਹ ਰਹੇ ਆ, ਅਸੀਂ ਤਾਂ 2019 ਦੇ ਆਏ ਹੋਏ ਹਾਂ, ਹਜੇ 19 ਵਾਲੇ ਪਏ ਆ, 20 ਵਾਲੇ, 21 ਵਾਲੇ, 22 ਵਾਲੇ ਪਏ ਆ, ਅਤੇ ਜਿਹੜੇ SL ਆ ਗਏ ਇਹਨਾਂ ਦਾ ਕੀ ਬਣਨਾ ਅਗਲੇ ਸਾਲਾਂ 'ਚ? ਇਹਨਾਂ ਦੀ ਤਾਂ ਗਿਣਤੀ ਤਾਂ 15-20 ਲੱਖ ਨੂੰ ਟੱਪ ਜਾਣੀ ਹੈ, ਹੈ ਨਾ? ਸੋ ਇਸ ਕਰਕੇ ਉਹ ਸਾਡੇ ਵਾਲੀ ਲੈਂ 'ਚ ਨਾ ਲੱਗਣ। ਸਟੂਡੈਂਟਾਂ ਲਈ ਸਾਡੀ ਚੌਥੀ ਡਿਮਾਂਡ ਹੈਗੀ ਕਿ ਇਹਨਾਂ ਸਟੂਡੈਂਟਾਂ ਨੂੰ 3 ਸਾਲ ਦੀ ਬਜਾਏ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ, ਘੱਟੋ ਘੱਟ ਉਹਨਾਂ ਦੇ ਪੁਆਇੰਟ ਪੂਰੇ ਹੋ ਜਾਣ, 4 ਪੈਸੇ ਜੁੜ ਲੈਣ, ਜੇ PR ਲਈ ਉਹਨਾਂ ਨੂੰ ਮਤਲਬ ਐਕਸਟੈਂਸ਼ਨ ਲਈ ਨਾ ਲੜਨਾ ਪਵੇ। ਇਸ ਕਰਕੇ 4 ਡਿਮਾਂਡਾਂ ਨੇ ਆਪਣੀਆਂ। ਤੁਸੀਂ ਇੱਕ ਮੈਨੂੰ ਕਹੋ PR ਦੇ ਸੁਪਨੇ ਦਿਖਾਏ ਗਏ, ਜਦਕਿ ਇੱਕ ਸਵਾਲ ਆਉਂਦਾ ਵੀ ਤੁਸੀਂ SOB 'ਚ ਲਿਖ ਕੇ ਆਏ ਹੋ ਵੀ ਅਸੀਂ ਸਟੱਡੀ ਕਰਾਂਗੇ ਅਤੇ ਵਾਪਸ ਜਾਵਾਂਗੇ, ਉਹਦੇ 'ਤੇ 2 ਗੱਲਾਂ। ਪਹਿਲੀ ਤਾਂ ਗੱਲ, SOB ਸਾਰੇ ਨਹੀਂ ਲਿਖ ਕੇ ਆਏ, ਅਤੇ ਜੇ ਲਿਖ ਕੇ ਵੀ ਆਏ ਉਹਦੇ ਵਿੱਚ ਸਾਰਿਆਂ ਨੇ ਇਹ ਲੈ ਨਹੀਂ ਲਿਖੀ ਮੈਂ ਵਾਪਸ ਜਾਊਂਗਾ, ਉਹ ਵਾਪਸ ਮੁੜਨ ਵਾਲੀ ਲੈਣ ਉਹ ਕੇਸਾਂ ਦੇ ਵਿੱਚ ਲਿਖਣੀ ਪੈਂਦੀ ਸੀ, ਜੇ ਕਿਹਦਾ ਪਹਿਲਾਂ ਰਿਫਿਊਜ਼ ਲੱਗਿਆ ਹੁੰਦਾ ਸੀਗਾ ਕੇਸ ਨੂੰ ਸਟਰੋਂਗ ਕਰਨ ਲਈ, ਤਾਂ ਕਿ ਅਫਸਰ ਨੂੰ ਜੋ ਸ਼ੋਅ ਕਰਨਾ। ਅਤੇ ਜਿਹੜੀ ਲੇਟੈਸਟ ਖਬਰ ਇਹ ਆ ਵੀ ਉਹ SOB ਹੁਣ ਇੱਥੇ ਕੈਨੇਡੀਅਨ ਇੱਕ ਅਦਾਲਤ ਨੇ ਕਹਿ ਦਿੱਤਾ ਕਿ ਉਹ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈਗੀ, ਉਹ ਗੈਰ ਜ਼ਰੂਰੀ ਡਾਕੂਮੈਂਟ ਆ। ਪਹਿਲਾਂ ਵੀ ਉਹ ਜ਼ਰੂਰੀ ਡਾਕੂਮੈਂਟ ਨਹੀਂ ਸੀ, ਉਹ ਗੈਰ ਜ਼ਰੂਰੀ ਡਾਕੂਮੈਂਟ ਸੀਗਾ, ਇਸ ਕਰਕੇ ਆਪਾਂ ਕਿਤੇ ਨਹੀਂ ਆਏ। ਸੁਪਨਾ ਵੇਚਿਆ ਗਿਆ ਜਿਹੜਾ ਕੈਨੇਡਾ ਦਾ ਸਟੱਡੀ ਪ੍ਰੋਗਰਾਮ ਆ, ਜੇ ਪੜ੍ਹਨਾ ਤਾਂ ਪੰਜਾਬ ਇੰਡੀਆ ਯੂਨੀਵਰਸਿਟੀਆਂ ਘੱਟ ਨੇ, ਟੀਚਰ ਹੈ ਨਹੀਂ ਕਿਤੇ, ਅਤੇ ਗੱਲ ਇਹ ਆ ਵੀ
ਸਟੱਡੀ ਦਾ ਪ੍ਰੋਗਰਾਮ ਪੀ ਆਰ ਦਾ ਪਾਥਵੇ ਕਹਿ ਕੇ ਵੇਚਿਆ ਗਿਆ। ਚਾਹੇ ਰਿਫਿਊਜੀ ਆ ਰਿਹਾ ਬੰਦਾ, ਚਾਹੇ ਵਿਜ਼ਟਰ ਆ ਰਿਹਾ, ਉਹ ਆਉਣ ਦੇ ਤਰੀਕੇ ਵੱਖੋ ਵੱਖਰੇ ਹੋ ਸਕਦੇ ਆ, ਪਰ ਉਹ ਆਏ ਰਹਿਣ ਦੇ ਲਈ ਆ, ਚੰਗੀ ਜ਼ਿੰਦਗੀ ਲਈ, ਅਤੇ ਚੰਗੀ ਜ਼ਿੰਦਗੀ ਪੀ ਆਰ ਤੋਂ ਬਾਅਦ ਹੀ ਤੁਸੀਂ ਇਮੈਜਿਨ ਕਰ ਸਕਦੇ ਆ, ਇਸ ਕਰਕੇ ਸੁਪਨਾ ਆ। ਅਤੇ ਬਹੁਤ ਬਹੁਤ ਧੰਨਵਾਦ ਬਾਈ ਜੀ, ਅਤੇ ਗਰਾਊਂਡ ਰਿਐਲਿਟੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਚਾਹੇ ਤੁਸੀਂ ਵਿਜ਼ਟਰ ਹੋ, ਸਟੂਡੈਂਟ ਹੋ, ਵਰਕ 'ਤੇ ਹੋ, ਕਨੇਡਾ ਵਿੱਚ ਲਾਈਫ ਜਿਹੜੀ ਹੁਣ ਜ਼ਿੰਦਗੀ ਆ ਬਹੁਤ ਹਾਰਡ ਆ, ਉੱਥੇ ਦੇ ਏਜੰਟ ਵੱਡੇ ਵੱਡੇ ਬੈਨਰ ਲਾਉਂਦੇ ਆ, ਤੁਹਾਨੂੰ ਸੁਪਨੇ ਦਿਖਾਉਂਦੇ ਆ, ਉਹਨਾਂ ਤੋਂ ਬਚੋ, ਜ਼ਮੀਨਾਂ ਵੇਚ ਕੇ ਆਉਣ ਦਾ ਕੋਈ ਫਾਇਦਾ ਨਹੀਂ। ਇੱਕ ਹੋਰ ਖਾਸ ਗੱਲ ਆ, ਕਈ ਵਾਰ ਤੁਹਾਨੂੰ ਲੱਗਦਾ ਸਾਡਾ ਪੁੱਤ ਨਸ਼ੇ ਕਰਦਾ ਕਨੇਡਾ ਜਾ ਕੇ ਸੁਧਰ ਜੂਗਾ, ਬਹੁਤ ਬੁਰਾ ਹਾਲ ਆ ਇੱਥੇ ਨਸ਼ੇੜੀਆਂ ਦਾ, ਕਿ ਨਸ਼ੇ ਹੋਰ ਵੱਧ ਜਾਂਦੇ ਨੇ, ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਨੇ। ਇੱਕ ਗਰਾਊਂਡ ਰਿਐਲਿਟੀ ਤੁਹਾਨੂੰ ਸਟੂਡੈਂਟ ਦੀ ਦਿਖਾਈ ਆ, ਜਿਹੜੇ 2 ਸਾਲ ਦੀ ਸਟੱਡੀ ਕੀਤੀ, 3 ਸਾਲ ਦਾ ਵਰਕ ਪਰਮ ਤੋਂ ਬਾਅਦ ਗੌਰਮੈਂਟ ਨੂੰ ਬਹੁਤ ਟੈਕਸ ਦਿੱਤਾ, ਪਰ ਅੱਜ ਹਾਲਾਤ ਕਿ ਸਾਡੇ ਬੱਚੇ ਅੱਜ ਸੜਕਾਂ 'ਤੇ ਆਉਣ ਨੂੰ ਮਜਬੂਰ ਹੋ ਚੁੱਕੇ ਨੇ। ਅਗਲੀ ਵੀਡੀਓ ਇੱਦਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਸਾਰਿਆਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।